लेटेस्ट अपडेट सबसे पहले जानने के लिए सब्सक्राइब करें न्यूज अर्पण 24 TV और दबाएं बेल आइकन को। दलित समाज की लड़की के साथ छेड़छाड़ करने तथा इंसाफ न मिलने पर सेंट्रल वाल्मीकि सभा इंडिया ने पुलिस थाना घनौर के बाहर धरना लगा दिया। वहीं जानकारी देते हुए पीड़ित लड़की ने बताया कि वह अपने पिता के साथ गुग्गामाड़ी मेले पर गई थी कि वहां पर मौजूद लड़कों ने उसके साथ छेड़खानी की। जब उसके पिता ने उनको रोका तथा उनका विरोध किया तो वह वहां से भाग निकले और जब वह वापस घर को जा रहे थे तो वही चार लड़के अपने साथ कई और लड़के लेकर आए और उनके साथ मारपीट करने लगे तथा साथ ही उसको अगवा करने की कोशिश भी की तथा उनके शोर मचाने के बाद लोगों को आते देख वह वहां से भाग निकले। वहीं दूसरी तरफ उसने यह भी बताया कि इस बारे में जब उन्होंने पुलिस थाना सनौर में शिकायत दर्ज करवाई तो तब से लेकर अब तक उन लड़कों के खिलाफ कोई भी कानूनी कार्रवाई नहीं की गई। चौंकी थे ते रात जो ओ, नहीं हटे है मैं रात छड़ी गए मैं उन्होंने कुछ नहीं किया सीगा ते मैं परण मुंह करके बह गई नाल आ गए मेरे नाल मैं डैडी नाल पई सी ना उत्थे बैठे सीगे नाल फिर ओ ना खिंचण लग गए मैनू जो मैं नहीं दस्या फिर रात नू सवेरे 5 बजे मत्था टेकण गए उत्थे नाल नाल ना फिर ओ बाहां खिंचण लग गए मेरे मैं डैडी नू कहा मैं कहा डैडी भी हट नहीं रहे ਤਾਂ ਕਰਕੇ ਫਿਰ ਮੈਂ ਡੈਡੀ ਨੂੰ ਦੱਸਦਾ ਇੱਕ ਮੁੰਡਾ ਤਾਂ ਫੜਿਆ ਗਿਆ ਜਿਹਦੇ ਡੈਡੀ ਨੇ ਥੱਪੜ ਲਾਏ ਸੀਗੇ ਤਾਂ ਫਿਰ ਜਦੋਂ ਆਉਣ ਲੱਗੇ ਨਾ ਅਸੀਂ ਡੈਡੀ ਨੇ ਸਾਨੂੰ ਟੈਂਪੂ 'ਚ ਬਿਠਾਤਾ ਅਤੇ ਆਪ ਪਿੱਛੋਂ ਆ ਰਹੇ ਸੀਗੇ ਜਦੋਂ ਨਾ ਡੈਡੀ ਥੋੜ੍ਹੀ ਦੂਰੀ 'ਤੇ ਸੀਗੇ ਅਤੇ ਅਸੀਂ ਅੱਗੇ ਆ ਰਹੇ ਸੀਗੇ ਉਹਨਾਂ ਨੇ ਨਾ ਟੈਂਪੂ ਘੇਰ ਲਿਆ ਗਾ ਸਾਡਾ ਉਹਦੇ ਵਿੱਚ ਬੱਚੇ ਹੀ ਬੈਠੇ ਸੀਗੇ ਅਸੀਂ ਹੋਰ ਕੋਈ ਨਹੀਂ ਸੀਗਾ ਨਾਲ ਮੇਰੇ ਤਾਇਆ ਜੀ ਵੀ ਸੀਗੇ ਪਰ ਉਹਨਾਂ ਨੇ ਉਹਨਾਂ ਨੂੰ ਵੀ ਮਾਰਿਆ ਜਦੋਂ ਸਾਨੂੰ ਮੈਨੂੰ ਖਿੱਚਣ ਲੱਗ ਗਏ ਮਤਲਬ ਕਿ ਕੁੱਟਿਆ ਉਹਨਾਂ ਨੇ ਖਾਸ ਮੈਨੂੰ ਪਤਾ ਨਹੀਂ ਲੱਗਿਆ ਬਾਅਦ 'ਚ ਵੀ ਬੇਹੋਸ਼ ਹੋ ਗਈ ਨਾਲੇ ਹੋਸਪਿਟਲ 'ਚ ਮਰਦਾ ਮਸਲਾ ਜੀ ਗਰੀਬ ਪਰਿਵਾਰ ਦੀ ਬੇਟੀ ਹੈ ਜਿਹੜੀ ਕਿ ਬੇਟੀ ਨਾਬਾਲਗ ਹੈ ਅਤੇ 4/9/2018 ਨੂੰ ਗੁੱਗਾਮਾੜੀ ਮੇਲੇ 'ਤੇ ਗਏ ਸੀ ਕਾਮੀ ਕਲਾ ਦੇ ਵਿੱਚ ਜਿੱਥੇ ਇਸ ਬੱਚੀ ਨਾਲ ਛੇੜਖਾਨੀ ਹੋਈ ਆ ਛੇੜਖਾਨੀ ਤੋਂ ਬਾਅਦ ਜਦੋਂ ਇਹਨਾਂ ਨੇ ਇਤਰਾਜ਼ ਕੀਤਾ ਆਪਣੇ ਫਾਦਰ ਸਾਹਿਬ ਨੂੰ ਦੱਸਿਆ ਤਾਂ ਉੱਥੇ ਕਿਤੇ ਇਹਨਾਂ ਦੇ ਫਾਦਰ ਨੇ ਘੂਰਿਆ ਉਸ ਪਰਿਵਾਰ ਮੁੰਡਿਆਂ ਨੂੰ ਜਿਹੜੇ ਵੀ ਉੱਥੇ ਮੁੰਡੇ ਆਏ ਹੋਏ ਸੀਗੇ ਬਾਹਰੋਂ ਵੀ ਸੀ ਕੁਛ ਕੁ ਮੈਨੂੰ ਲੱਗਦਾ ਸੌਂਟਾ ਪਿੰਡ ਦੇ ਦੱਸੇ ਜਾ ਰਿਹਾ ਵੀ ਮੁੰਡੇ ਸੀਗੇ ਜਿਹੜੇ ਅਤੇ ਉਹਨਾਂ ਨੇ ਅੱਗੇ ਜਦੋਂ 4-5 ਵਜੇ ਚੌਂਕੀ ਖਤਮ ਹੋਈ ਹੈ ਤਾਂ 4-5 ਵਜੇ ਆ ਕੇ ਉਹਨਾਂ ਨੇ ਰਸਤੇ ਦੇ ਵਿੱਚ ਇਹਨਾਂ ਨਾਲ ਪਰਿਵਾਰ ਨਾਲ ਕੁੱਟਮਾਰ ਵੀ ਕੀਤੀ ਹੈ ਅਤੇ ਬੱਚੀ ਨਾਲ ਜ਼ਬਰਦਸਤੀ ਕਰਕੇ ਇਹਨੂੰ ਚੱਕੇ ਲਿਜਾਣ ਲੱਗੇ ਸੀਗੇ ਪਰ ਉੱਥੇ ਮੈਨੂੰ ਪਤਾ ਲੱਗਿਆ ਕੁਛ ਇਸ ਪਰਿਵਾਰ ਦੇ ਕਹਿਣ ਦੇ ਮੁਤਾਬਕ ਜੋ ਸਾਡੀ ਸੰਸਥਾ ਨੂੰ ਇਹਨਾਂ ਨੇ ਐਫੀਡੇਵਿਟ ਦੇ ਜ਼ਰੀਏ ਦੱਸਿਆ ਵੀ ਉੱਥੇ ਇੱਕ ਟਰੱਕ ਡਰਾਈਵਰ ਨੇ ਇਹਨਾਂ ਦੀ ਹੈਲਪ ਕੀਤੀ ਹੈ ਪਰ ਉਹਦਾ ਨਾਂ ਸਾਡੇ ਕੋਲ ਨੰਬਰ ਨਹੀਂ ਸੀ ਨਹੀਂ ਅਸੀਂ ਉਹਨਾਂ ਨਾਲ ਵੀ ਕੰਟੈਕਟ ਕਰਦੇ ਉਹਨਾਂ ਨੇ ਇਸ ਬੱਚੀ ਦੀ ਜਾਨ ਬਚਾਈ ਇਸ ਪਰਿਵਾਰ ਦੀ ਜਾਨ ਬਚਾਈ ਹੈ ਕਿਉਂਕਿ ਉਹਨਾਂ ਦੇ ਨਾਲ ਅਣਪਛਾਤੇ ਬੰਦੇ ਵੀ ਸੀਗੇ ਬਹੁਤ ਜ਼ਿਆਦਾ ਪਰ ਅੱਜ ਜਦੋਂ ਅਸੀਂ ਉਰੇ ਆਏ ਹਾਂ ਮੈਂ ਲੇਟ ਹੋ ਗਿਆ ਥੋੜ੍ਹਾ ਜਿਹਾ ਸਾਡੇ ਜ਼ਿਲ੍ਹਾ ਪ੍ਰਧਾਨ ਡਾਕਟਰ ਉਕਸੀ ਜੀ ਸਾਡੇ ਤਹਿਸੀਲ ਦੇ ਪ੍ਰਧਾਨ ਸਤਾਰ ਮੁਹੰਮਦ ਜੀ ਅਤੇ ਸੋਹਤਾ ਸਾਹਿਬ ਜੀ ਹੋਰ ਵੀ ਜੱਜਪਾਲ ਜੀ ਸ਼ਨੀ ਜੀ ਇਹਨਾਂ ਦੇ ਸਾਰਿਆਂ ਨੇ ਧਰਨਾ ਲਾਏ ਸੀ ਇਨਸਾਫ ਦਿਵਾਉਣ ਵਾਸਤੇ ਪਰ ਸਾਨੂੰ ਇੱਥੋਂ ਵੀ ਕੋਈ ਸਹੀ ਰਿਸਪੌਂਸ ਨਹੀਂ ਮਿਲਿਆ ਪਰ ਫਿਰ ਵੀ ਅਸੀਂ ਰਿਟਰਨ ਦੇ ਵਿੱਚ ਦੇ ਕੇ ਜਾ ਰਹੇ ਹਾਂ ਵੀ ਅਗਰ ਹਫ਼ਤੇ ਦੇ ਵਿੱਚ ਸੁਣਵਾਈ ਨਾ ਹੋਈ ਤਾਂ ਇਸ ਤੋਂ ਵੱਧ ਜ਼ਿਲ੍ਹਾ ਲੈਵਲ ਦਾ ਅਸੀਂ ਇਕੱਠ ਕਰਕੇ ਡਿਪਟੀ ਦਾ ਦਫ਼ਤਰ ਮੈਂ ਆਪ ਹੀ ਰਾਂਗਾ ਤੁਸੀਂ ਪਹਿਲਾਂ ਵੀ ਉਰੇ ਧਰਨੇ ਵਾਸਤੇ ਆਏ ਸੀਗੇ ਇਹਨਾਂ ਨੂੰ ਕੀ ਵਿਸ਼ਵਾਸ ਦਵਾਇਆ ਸੀ ਨਹੀਂ ਜੀ 3 ਮਹੀਨੇ ਹੋ ਗਏ ਕੋਈ ਸੁਣਵਾਈ ਨਹੀਂ ਹੈਗੀ ਜੀ ਕੋਈ ਸੁਣਵਾਈ ਨਹੀਂ ਹੈਗੀ ਲੋਕਤੰਤਰ ਦਾ ਬਿਲਕੁਲ ਘਾਣ ਕੀਤਾ ਜਾ ਰਿਹਾ ਔਰ ਗਰੀਬ ਲੋਕਾਂ ਦੀ ਬਿਲਕੁਲ ਸੁਣਵਾਈ ਨਹੀਂ ਕਿਉਂ ਸਾਡਾ ਕਰੰਟ ਚੈੱਕ ਕੀਤਾ ਜਾਂਦਾ ਇੱਥੇ ਕਿਉਂ ਨਹੀਂ ਸੁਣਵਾਈ ਹੋ ਰਹੀ ਸਾਨੂੰ ਇਸ ਦੀ ਵਜ੍ਹਾ ਦੱਸੀ ਜਾਵੇ ਤੁਸੀਂ SHO ਸਾਹਿਬ ਨੂੰ ਪੁੱਛ ਸਕਦੇ ਹੋ ਪਹਿਲਾਂ ਨਵੇਂ ਇੰਚਾਰਜ ਸੀਗੇ ਉਹ ਗੋਦੀ ਦੇ ਵਿੱਚ ਲੱਕੜ ਦਾ ਜਵਾਕ ਦਿੰਦੇ ਰਹੇ ਹੁਣ ਮੈਨੂੰ ਲੱਗਦਾ ਮਹੀਨਾ ਹੁਣ ਹੋ ਗਿਆ ਅਸੀਂ ਗੋਦੀ 'ਚ ਲੱਕੜ ਦਾ ਜਵਾਕ ਲੈ ਕੇ ਜਾ ਰਹੇ ਅਗਰ ਨਾ ਸੁਣਵਾਈ ਹੋਈ ਤਾਂ ਹੁਣ ਅਸੀਂ ਹਫ਼ਤੇ ਤੋਂ ਬਾਅਦ ਡਿਪਟੀ ਸਾਹਿਬ ਦੇ ਦਫ਼ਤਰ ਅਸੀਂ ਘਿਰਾਓ ਕਰਾਂਗੇ ਮੇਰੀ ਡਿਪਟੀ ਸਾਹਿਬ ਨਾਲ ਵੀ ਫੋਨ 'ਤੇ ਕਈ ਵਾਰ ਕੋਈ ਸਿਆਸੀ ਦਬਾਓ ਨਾਲ ਵੀ ਨਹੀਂ ਕਾਰਵਾਈ ਹੋਈ ਇਹ SHO ਸਾਹਿਬ ਦੱਸਣਗੇ ਜੀ ਅੱਜ SHO ਸਾਹਿਬ ਕੁਝ ਸਾਡੇ ਸੂਤਰ ਬੰਦੇ ਕਹਿੰਦੇ ਸੀਗੇ ਕਹਿੰਦੇ ਵੀ ਹਾਂ ਤੁਹਾਡੇ ਨਾਲ ਮਾੜਾ ਬਿਹੇਵ ਕੀਤਾ ਉਹ ਕਿਉਂ ਮਤਲਬ ਕਿ ਕਿਵੇਂ ਕੀ ਕੀਤਾ ਜੀ ਅਸੀਂ ਆਪਣੇ ਹਾਈ ਕਮਾਂਡ ਨੂੰ ਦੱਸ ਚੁੱਕੇ ਜੀ ਕਿਉਂਕਿ ਮੈਂ ਲੇਟ ਹੋ ਗਿਆ SHO ਸਾਹਿਬ ਚਲੇ ਗਏ ਨੇ ਕਿਉਂਕਿ ਅਸੀਂ ਵੀ ਸਾਡਾ ਕੋਈ ਕਿਸੇ ਨਾਲ ਨਿੱਜੀ ਲੜਾਈ ਨਹੀਂ ਨਾ ਕੋਈ ਪ੍ਰਸ਼ਾਸਨ ਨਾਲ ਨਾ ਕਿਸੇ ਨਾਲ ਸਾਡੀ ਲੜਾਈ ਆ ਸਾਡੇ ਹੱਕਾਂ ਦੀ ਸਾਡੇ ਬੱਚਿਆਂ ਦੀ ਕਿਉਂਕਿ ਬੱਚਿਆਂ ਜੇ ਸਾਡੀਆਂ ਸੁਰੱਖਿਅਤ ਨਹੀਂ ਤਾਂ ਅਸੀਂ ਕੋਈ ਸੁਰੱਖਿਅਤ ਨਹੀਂ ਮੁਰਦਾਬਾਦ ਮੁਰਦਾਬਾਦ ਦਰਸ਼ਨ ਸਿੰਘ ਮੈਨ ਜਿੰਦਾਬਾਦ ਸਨੋਠਾਣਾ ਮੁਰਦਾਬਾਦ ਸਨੋਠਾਣਾ ਮੁਰਦਾਬਾਦ ਸਨੋਠਾਣਾ ਮੁਰਦਾਬਾਦ ਸਨੋਠਾਣਾ ਮੁਰਦਾਬਾਦ ਕਰੀ ਬੰਦ ਕਰੀ ਯਾਰ ਮੇਰੀ ਬੰਦ ਮੁਰਦਾਬਾਦ ਸਨੋਠਾਣਾ ਮੁਰਦਾਬਾਦ ਸਨੋਠਾਣਾ ਮੁਰਦਾਬਾਦ